ਅਸੀਂ ਆਪਣੇ ਗੁਰੂ ਨੂੰ ਮੰਨਣਾ ਬੰਦ ਕਰਤਾ ਅਸੀਂ ਨਹੀਂ ਮੰਨਦੇ ਜੇ ਇਹ ਸਰਕਾਰਾਂ ਸਾਨੂੰ ਆਪਣੇ ਨਾਲ ਰੱਖਣਾ ਚਾਹੁੰਦੀਆਂ ਨੇ ਤਾਂ ਸਾਨੂੰ ਬਣਦੇ ਹੱਕ ਦੇਈ ਜਾਣ ਅਦਰਵਾਈਜ਼ ਸਾਨੂੰ ਆਪਣੇ ਗੁਰੂ ਸਾਬ ਦੇ ਹੁਕਮ ਦੇ ਤਾਪਕ ਆਪਣਾ ਜੀਵਨ ਅਗੇ ਚਲਾਉਣਾ ਪੈਣਾ ਹੈ ਹਾਂ ਮੇਰਾ ਨਾਮ ਜਸਦਰ ਮੋਹਨ ਸਿੰਘ ਕਰਤਾਰਪੁਰ ਪ੍ਰਧਾਨ ਪੰਜਾਬ ਸ ਕਾਉਂਸਲ ਅਸੀਂ ਬੜੇ ਲੰਮੇ ਸਮੇ ਤੋਂ ਇਸ ਸੰਘਰਸ਼ ਵਿੱਚ ਚੱਲ ਰਹੇ ਵੈਸੇ ਤੇ ਸਾਡਾ ਜਿਹੜਾ ਮਿਸ਼ਨ ਹੈ ਉਹ ਹੈਗਾ ਧਰਮ ਪ੍ਰਚਾਰ ਦਾ ਸੀ ਧਰਮ ਪ੍ਰਚਾਰ ਕਰਦੇ ਜਿਆਦਾ ਸਾਰੇ ਅਸੀਂ ਨਾਗਪੁਰ ਵੀ ਜਾਂਨੇ ਦਿੱਲੀ ਵੀ ਜਾਂਨੇ ਅੰਡੀਗੜ ਸਾਡੇ ਉਹ ਧਰਮ ਪ੍ਰਚਾਰ ਦਾ ਮਿਸ਼ਨ ਹੈ ਸਾਡੀ ਜਿਹੜੀ ਜਥੇਬੰਦੀ ਆ ਪਰ ਜਿੱਥੇ-ਜਿੱਥੇ ਕੋਈ ਜ਼ੁਲਮ ਹੁੰਦਾ ਵਧੀਕੀ ਹੁੰਦੀ ਸਾਡੇ ਨਾਲ ਉਹਦੇ ਵਿੱਚ ਵੀ ਅਸੀਂ ਹਿੱਸਾ ਪਾਉਂਦੇ ਆ ਅੱਜ ਜਦੋਂ ਸਾਡੇ ਕੋਲ ਹੁਣ ਸਾਡੇ ਸੰਗ ਜੀ ਸਾਥੀ ਸਾਰੇ ਸਾਰਿਆਂ ਨੂੰ ਪਤਾ ਭਲੀ ਭਾਨ ਪਤਾ ਕਿ ਪੰਜਾਬੀ ਜਿੰਨ ਦੀ ਮੱਠੀ ਜਿਹੜੀ ਸਾਡੀ 56 ਵਿੱਚ ਹੋਂਦ ਵਿੱਚ ਆਈ ਸੀ ਉਸ ਟਾਈਮ ਤੇ ਕੋਈ ਮੁਸਲਮਾਨ ਸੀਗਾ ਰਾਸ਼ਟਰਪਤੀ ਫਖਰੂਦੀਲ ਅਹਿਮਦ ਜਿਹਨੇ ਦਖਾਟਣ ਕਿਦਾ ਅਸੀਂ ਉਸ ਟ ਤੇ ਠੀਕ ਹੈ ਸਮੇ ਸਮੇ ਸਿਰ ਤੇ ਚੱਲਦੀ ਰਹੀ ਚੰਗਾ ਚੱਲਿਆ ਚੰਗਾ ਦਾ ਪ੍ਰਭਾਵ ਸੀ ਯੂਨੀਵਰਸਿਟੀ ਹੁਣ ਵੀ ਪਟਿਆਲੇ ਵਿੱਚ ਹੈਗੀਆਂ ਬੜੇ ਕਾਲਜ ਨੇ ਸਭ ਤੋਂ ਪੰਜਾਬ ਦੇ ਵੱਧ ਕਾਲਜ ਯੂਨੀਵਰਸਿਟੀ ਆਫ ਪੰਜਾਬ ਪਟਿਆਲੇ ਵਿੱਚ ਨੇ ਪਰ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਜਿਹੜਾ ਸਾਡਾ ਅਧਿਆਨ ਵਿਭਾਗ ਹੈ ਜਿਹੜਾ ਸਾਡਾ ਵਿਰਸਾ ਪਿਛਲਾ ਜਿਹਦੇ ਜਿਹਦੇ ਤੇ ਖੋਜ ਹੁੰਦੀ ਆ ਉਹਨੂੰ ਬੰਦ ਕੀਤਾ ਜਾ ਰਿਹਾ ਹੈ ਇਹ ਬੜੀਆਂ ਵੱਡੀਆਂ ਸਾਜ਼ਿਸ਼ਾਂ ਆ ਜਿਹਦੇ ਵਿੱਚ ਸੈਂਟਰ ਦੀ ਸਾਜ਼ਿਸ਼ ਆ ਇਹਦੇ ਵਿੱਚ ਉਹ ਅਫਸਰ ਵੀ ਬੇਕਾਰ ਬੈਠੇ ਨੇ ਜਿਹੜੇ ਆਰਐਸਐਨ ਜੁੜੇ ਹੋਏ ਨੇ ਉਹਨਾਂ ਦੀ ਸਾਜ਼ਿਸ਼ਾਂ ਤਹਿਤ ਇਹ ਸਾਰੀਆਂ ਕਿਹ ਅੱਗੇ ਲਿਆ ਲਿਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿੱਖ ਸਦਪਵਨਾ ਦਲ ਤੋਂ ਭਾਈ ਗੁਰਮੀਤ ਸਿੰਘ ਤੁਗੀ ਜਥੇਦਾਰ ਜ਼ਿਲ੍ਹਾ ਪਟਿਆਲਾ ਕਿਉਂਕਿ ਜਿਹੜੇ ਅੱਜ ਅਸੀਂ ਇਸ ਮੈਮੋਰੈਂਡਮ ਡੀਸੀ ਸਾਹਿਬ ਨੂੰ ਦਿੱਤਾ ਹੈ ਉਸ ਦੇ ਸਬੰਧ ਦੇ ਵਿੱਚ ਕਿ ਬਾਕੀ ਜਥੇਬੰਦੀਆਂ ਵੀ ਸਾਰਾ ਕੁਝ ਵੈਸੇ ਦੱਸ ਕੇ ਗਈਆਂ ਨੇ ਸਾਡੇ ਜਥੇਬੰਦੀ ਵੱਲ ਇਹ ਹੀ ਹੈ ਵੀ ਜੇਕਰ ਇਸ ਤਰ੍ਹਾਂ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਪੰਜਾਬੀ ਬੰਦ ਕਰਨੀ ਜਾਂ ਪੰਜਾਬੀ ਦੇ ਖਿਲਾਫ ਉਹਨਾਂ ਦਾ ਬੰਦ ਕਰਨਾ ਇਸ ਤਰ੍ਹਾਂ ਪਹਿਲਾਂ ਵੀ ਸਾਡੇ ਨਾਲ ਬੜੇ ਧੱਕੇ ਹੁੰਦੇ ਆ ਰਹੇ ਨੇ ਕਿ ਜਿਹੜੇ ਕਿ ਸਹਿਣਸ਼ੀਲਤਾ ਨਹੀਂ ਹਨ ਜਿਵੇਂ 328 ਰੁਪਿਆਂ ਦੇ ਮਸਲੇ ਦੇ ਭਾਈ ਬਲਦੇਵ ਸਿੰਘ ਬੜਾਲਾ ਹਜੂਰੀ ਰਾਗੀ ਦਰਬਾਰ ਸਾਹਿਬ ਉਹ ਤਕਰੀਬਨ 18 ਮਹੀਨਿਆਂ ਤੋਂ ਮੋਰਚਾ ਲਾਈ ਅੰਮ੍ਰਿਤਸਰ ਸਾਹਿਬ ਵਿਖੇ ਬੈਠੇ ਨੇ ਸਰਕਾਰਾਂ ਦੇ ਕੰਨ ਤੇ ਜੂ ਨਹੀਂ ਛੱਕ ਰਹੀ ਕਿਉਂਕਿ ਉਸ ਤਰ੍ਹਾਂ ਅਸੀਂ ਉਹਨਾਂ ਦੇ ਸਬੰਧ ਦੇ ਵਿੱਚ ਵੀ ਕਈ ਵਾਰ ਅਸੀਂ ਮੋਮਰੈਂਡਮ ਦੇ ਚੁੱਕੇ ਪਰ ਸਰਕਾਰਾਂ ਨੂੰ ਪਤਾ ਨਹੀਂ ਕੀ ਹੋਇਆ ਪਹਿਲਾਂ ਕਾਂਗਰਸ ਸਰਕਾਰ ਵੀ ਲੰਘੀ ਹੁਣ ਆਮ ਆਦਮੀ ਪਾਰਟੀ ਸਰਕਾਰ ਚੱਲ ਰਹੀ ਹੈ ਸੀਐਮ ਸ੍ਰੀ ਭਗਵੰਤ ਮਾਨ ਜੀ ਉਹਨਾਂ ਬਾਰੇ ਵੀ ਉਹਨਾਂ ਨੇ ਵੀ ਹਲੇ ਕੋਈ ਐਕਸ਼ਨ ਨਹੀਂ ਲਿਆ ਸਰਕਾਰ ਨੂੰ ਸੋਚਣਾ ਚਾਹੀਦਾ ਕਿਉਂਕਿ ਜਿਹੜੇ ਪੰਜਾਬੀ ਦੇ ਖਿਲਾਫ ਪੰਜਾਬੀਅਤ ਦੇ ਖਿਲਾਫ ਊੜਾ ਜੂੜਾ ਦੇ ਖਿਲਾਫ ਕਿਉਂਕਿ ਇਹ ਜਿਹੜੀਆਂ ਰਾਜਨੀਤਿਕ ਤੇ ਆਨੇ ਗਿਆ ਆਰਐਸਐਸ ਦੀਆਂ ਉਹ ਨੇ ਉਹ ਇਹਨਾਂ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਪਰ ਸਿੱਖ ਕੌਮ ਨਾ ਖਤਮ ਹੋਈ ਜਾ ਨਾ ਹੋਵੇ ਨਾ ਪੰਜਾਬੀ ਖਤਮ ਹੋਈ ਜਾ ਨਾ ਹੋਵੇ ਪੰਜਾਬੀ ਲਾਗੂ ਕਰਾਉਣ ਲਈ ਅਸੀਂ ਸਦਾ ਤਤਪਰ ਹਾਂ